ਤੁਰ ਨਹੀਂ ਦਿੰਦੇ ਇਹਦਾ ਬਹੁਤ ਜਾਲ ਆ ਜੱਗੇ ਬਹੁਤ ਸਾਲਾ ਕੰਮ ਠੀਕ ਆ ਠੀਕ ਆ ਚੱਕ ਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲਓ ਜੀ ਬਾਈ ਅਤੇ ਅੱਜ ਦੋ ਟਰੈਕਟਰ ਇਕੱਠੇ ਹੋਏ ਹੋਏ 52-10 ਆਪਣੇ ਵਾਲਾ 52-10 ਜਗਦੀਪ ਵਾਲਾ ਮਿਲੋ ਜਗਦੀਪ ਨੂੰ ਬਾਈ ਜਗਦੀਪ ਨੇ ਨਾ ਛਤਰੀ ਲਵਾਈ ਹੈ ਹੁਣ ਤੁਹਾਨੂੰ ਪਹਿਲੇ ਵੀਡੀਓ 'ਚ ਦੱਸਿਆ ਤਾ ਹੋ ਗਿਆ ਟਾਈਮ ਵੈਸੇ ਤਾਂ ਇਹ ਕਹਿੰਦਾ ਮੇਰੇ ਪੱਖੇ ਦੀ ਨਾ ਹਵਾ ਨਹੀਂ ਆਉਂਦੀ ਮੈਨੂੰ ਇਹਦਾ ਪੱਖਾ ਪੁੱਠੀ ਹਵਾ ਮਾਰਦਾ ਬਾਈ ਉੱਪਰ ਨੂੰ ਹਵਾ ਮਾਰਦਾ ਹੇਠ ਨੂੰ ਹਵਾ ਮਾਰਦਾ ਹੀ ਨਹੀਂ ਹੈਗਾ ਆ ਜਿਹੜਾ ਪੱਖਾ ਲੱਗਿਆ ਹੋਇਆ ਛਤਰੀ 'ਚ ਅਤੇ ਉਹ ਮੇਰੇ ਵਾਲੇ ਦੇ ਫਰਫੁਰ ਦੇ ਦੇਖੇ ਇਹਨੇ ਫਰਫੁਰ ਸਾਰੇ ਓਕੇ ਆ ਬਾਈ ਜਿਹੜਾ ਕੋਈ ਹੋਰ ਵੀ ਲਵਾਉਂਦਾ ਬਾਈ ਛਤਰੀ ਛੁਤਰੀ ਤੁਹਾਨੂੰ ਇਹਦੀ ਵਜ੍ਹਾ ਦੱਸ ਦਿੰਦੇ ਹਾਂ ਥੋੜ੍ਹਾ ਜਿਹਾ ਬਾਈ ਨੀਵੇਂ ਕਰਕੇ ਲਵਾਇਆ ਕਰੋ ਮਤਲਬ ਇਹਦੇ ਨਾਲ ਗੈਪ ਜਿਹੜਾ ਛਤਰੀ ਦੇ ਸਿਰਫ ਦੋ ਉਂਗਲ ਇੱਕ ਆ ਪੱਟੀ ਜੀ ਕੋਲ 'ਤੇ ਤਾਂ ਇੱਕ ਉਂਗਲ 'ਤੇ ਹੀ ਰਹਿ ਜਾਂਦਾ ਮੈਂ ਬੈਕ ਕੈਮਰਾ ਕਰਕੇ ਦਿਖਾ ਦਿੰਦਾ ਆ ਲਓ ਆਹਾ ਬਾਈ ਜਿਹੜਾ ਆਹ ਚੀਜ਼ ਹੈ ਹੁਣ ਆਪਾਂ ਛਤਰੀ ਛੁਤਰੀ ਲਵਾਈ ਹੈ ਆਪਣਾ ਆਪਾਂ ਆਪਾਂ ਨੇੜੇ ਲੱਗੇ ਵੇ ਬਾਈ ਮੇਰੇ ਵਾਲੇ ਦਾ ਗੈਪ ਤੁਹਾਨੂੰ ਦਿਖਾ ਦਿੰਦਾ ਕਿੰਨਾ ਇਹਦਾ ਜਿਹੜਾ ਵਿੱਚ ਗੈਪ ਆ ਉਂਗਲੀ ਪਾਈ ਜਗਦੀਪ ਉੱਥੇ ਨਹੀਂ ਇਹ ਤਾਂ ਹੁਣ ਜਗਦੀਪ ਦੀ ਬਾਈ ਉਂਗਲੀ ਪੰਗੇ ਲੈਂਦੇ ਲੈਂਦੇ ਉਂਗਲੀ ਪਰ ਸੱਟ ਵੱਜੀ ਉਂਗਲੀ ਬਿਠਾ ਲਈ ਆ ਦੇਖੋ ਹਾਲਾ ਉਹ ਪੱਖੇ ਦੇ ਵਿੱਚ ਦੇਲੀ ਚਲਾ ਕੇ ਕਹਿੰਦਾ ਇੰਨਾ ਕੁ ਫਰਕ ਹੈ ਉਹ ਬਾਈ ਆਹ ਜਿਹੜੇ ਫਰਕ ਹੈ ਜਿੱਥੇ ਉਹ ਲੱਗੇ ਹੋਏ ਉੱਪਰ ਇਹ ਉਹ ਚੀਜ਼ ਵਿਚਾਲੇ ਐਕਣਾ ਦੂਜੀ ਉਂਗਲੀ ਪੱਖਾ ਚਲਾ ਕੇ ਫਸਾ ਹੈਂ ਇੱਧਰ ਦੋ ਆ ਸਾਈਡ ਪਰ ਤਾਂ ਉਹ ਦੋ ਹੈ ਤਿੰਨ ਕਿੱਥੇ ਦੋ ਉਂਗਲ ਹੈ ਉਹ ਨਹੀਂ ਹੈਗਾ ਪਿੱਛੇ ਪੱਟੀ ਹੈ ਇਹ ਦੋ ਉਂਗਲ ਹੈ ਬਾਈ ਜੀ ਇਹ ਗੈਪ ਘੱਟ ਹੈ ਇਹ ਹਵਾ ਇਹਨੂੰ ਪੂਰੀ ਮਿਲ ਨਹੀਂ ਰਹੀ ਹਵਾ ਨਹੀਂ ਮਾਰਦਾ ਚਲਾਉਂਦਾ ਚਲਾਈ ਤਾਂ ਇੱਥੇ ਤੱਕ ਵੀ ਬਾਈ ਕੁਛ ਵੀ ਨਹੀਂ ਚਾਹੇ ਉੱਪਰ ਨੂੰ ਮਾਰਦਾ ਉੱਪਰ ਨੂੰ ਹਵਾ ਮਾਰਦਾ ਹੇਠ ਨੂੰ ਹਵਾ ਹੀ ਨਹੀਂ ਮਾਰਦਾ ਇਹ ਪੁੱਠੀ ਹਵਾ ਮਾਰਦਾ ਪੁੱਠਾ ਨਹੀਂ ਲਵਾਇਆ ਹਾਂਜੀ ਹੈ ਸਾਰਾ ਕੁਛ ਓਕੇ ਹੈ ਸੇਮ ਹੈ ਜਿਵੇਂ ਆਪਣੇ ਫਰ ਹੁਣ ਬੰਦ ਕਰੇ ਤੇ ਦਿਖਦੇ ਇਹਦੇ ਫਰ ਉੱਕਣੇ ਫਰ ਆਪਣੇ ਵਾਲੇ ਦੇ ਉੱਕਣੇ ਹੀ ਇਹੀ ਹੈ ਹਾਂਜੀ ਠੀਕ ਹੈ ਉਹਦਾ ਚੱਕਰ ਨਹੀਂ ਹੋਇਆ ਇਹ ਨੇੜੇ ਲੱਗਿਆ ਹੋਇਆ ਜ਼ਿਆਦਾ ਉੱਪਰ ਛੱਤ ਦੇ ਨੇੜੇ ਲੱਗਣ ਕਰਕੇ ਇਹਦੇ ਹਵਾ ਨਹੀਂ ਉੱਕਰ ਰਿਹਾ ਸਮਾਂ ਇਹ ਦੇਖ ਰਿਹਾ ਤਾਂ ਉਂਗਲੀ ਪਾ ਕੇ ਦੇਖ ਲੈ ਬੜਾ ਲਈ ਮੈਂ ਉਂਗਲੀ ਬੜਾ ਲਈ ਬੋਲੇ ਬੋਲੇ ਕਿੰਨੀ ਬੜਾ ਲਈ ਅਸੀਂ ਨਾਟ ਢਿੱਲੇ ਕਰੇ ਥੋੜ੍ਹੇ ਜਿਹੇ ਮੰਨ ਲਾ ਦੋ ਉਂਗਲ ਹੋਰ ਹੇਠਾਂ ਐਂ ਲਟਕਾ ਲਿਆ ਪੂਰੀ ਹਵਾ ਮਾਰਨ ਲੱਗ ਗਿਆ ਇਹ ਅੱਛਾ ਹੁਣ ਆਪਣੇ ਵਾਲੇ ਦਾ ਦਿਖਾ ਦਿੰਦਾ ਆਹ ਦੇਖੋ ਕਿੰਨਾ ਫਰਕ ਹੈ ਛੱਤ ਦੇ ਕਿੰਨਾ ਫਰਕ ਹੈ ਘੱਟੋ ਘੱਟ ਆਹ ਪੰਜ ਉਂਗਲੀਆਂ ਪੈ ਜਾਣੀਆਂ ਉਹ ਹਵਾ ਆਪੇ ਵੱਧ ਮਾਰਦਾ ਇਹਦੀ ਤਾਂ ਤਾਰਾਂ ਤੂਰਾਂ ਟੁੱਟ ਗਈਆਂ ਹੁਣ ਚੱਲਦਾ ਪਰ ਹੈ ਨਾ ਚੱਲਦਾ ਸ਼ਾਇਦ ਹਾਂ ਇੱਥੇ ਤਾਂ ਸੁੱਚ ਜਿਹਾ ਹੋ ਕਰਿਆ ਬਹੁਤ ਸੁੱਚ ਸੁੱਟਾ ਹੋ ਕਰ ਇਹ ਪੂਰੀ ਹਵਾ ਮਾਰਦਾ ਦੇਖਾਂ ਚਲਾ ਕੇ ਯਾਰ ਉਹਦਾ ਬੀਜ ਦੀਆਂ ਲਾਈਟ ਦੇ ਆ ਦੇਖੋ ਬਾਕੀ ਦੇਖੋ ਬਾਈ ਫਰਕ ਕਿੰਨਾ ਪਾਇਆ ਵਾ ਇਹਨਾਂ ਨੇ ਇਹ ਵੀ 52-10 ਉਹ ਵੀ 52 ਪਹਿਲਾਂ ਤਾਂ ਅਸੀਂ ਮੰਨੇ ਨੀ ਵੀ ਇਹ 3 ਸਪੀਡ ਹੋਊਗਾ ਹੈਂ ਉਹ 3 ਸਪੀਡ ਆ ਦੇਖੋ ਮੈਨੂੰ ਲੱਗਦਾ 53-10 ਦੀ 52-10 ਲਿਖ ਕੇ ਉਹ ਕਰਤੇ ਇਹਨਾਂ ਨੇ ਸਮਝ ਲਾ 50-50 ਡੀ ਵਾਲਾ ਲਾ ਲਾ ਚਾਹੇ
ਗੇਅਰ ਬਾਕਸ ਦਾ ਪਿੱਛੇ ਪਿੱਛੇ ਵਾਲਾ ਗੇਅਰ ਬਾਕਸ ਦਾ ਫਰਕ ਪਾ ਦੇ ਸਹੀ ਗੱਲ ਹੈ। ਹੁਣ ਜਗਦੀਪ ਬਾਈ ਕਹਿੰਦਾ ਅੱਗੇ ਗੱਲ ਨਹੀਂ ਹੁੰਦੀ ਤੇ ਹੁਣ ਚਲਾਉਂਦਾ ਜਾਂਦਾ ਫੋਨ, ਇੱਕ ਨੇ ਗੱਲ ਕਰੀ ਜਾਂਦਾ ਹੈ ਹੈਂ। ਫੋਨ ਤਾਂ ਹੁਣ ਤਾਂ ਚੱਲਣੇ ਤਾਂ ਹੁਣ ਤਾਂ ਡਰ ਗਿਆ ਬਾਈ, ਆਹ ਨਵਾਂ ਹੀ ਕੰਮ ਕਰ ਲਿਆ, ਅੱਗੇ ਖੋਲੀ ਗੰਨ ਹੈ ਬਾਈ, ਗੰਨ ਦਾ ਫਾਇਦਾ ਬਹੁਤ ਆ ਇਹਦੇ ਵੀ ਨਜ਼ਾਰੇ ਦੇ। ਹਾਂ ਹੁਣ ਘੈਂਟ ਹੈ, ਹੁਣ ਘੈਂਟ ਮਿੰਟ ਲਾਇਆ ਇਹਨੇ, ਉਂਗਲੀ ਵੱਟੂ ਨੂੰ ਮਿੰਟ ਲਾਇਆ ਸਟੀਅਰਿੰਗ ਬਾਈ, ਬੜਾ ਘੈਂਟ ਲੱਗਦਾ ਇਹਨੂੰ ਛੋਟਾ। ਕਿੰਨੇ ਦਾ ਪਾਇਆ ਇਹ? ਚੱਲ ਹੁਣ ਵੀ ਮੰਗਾ ਲੈਣੇ ਆ, ਘੈਂਟ ਲੱਗਦਾ ਯਾਰ ਹਨਾ, ਇੱਕ ਗੇੜਾ ਫਾਲਤੂ ਆ ਜੂਗਾ। ਤੇ ਬਾਈ ਡੈਕ ਕਸਤਾ ਆਪਣਾ ਕੁੱਕੀ ਵਾਲਾ ਬਕਸਾ, ਰਾਤੋਂ ਜਿਵੇਂ ਦੱਸ ਰਿਹਾ ਤਾ ਵੀ ਪਤਾ ਲੱਗਿਆ ਵੀ ਆ ਪਹੁੰਚ ਗਿਆ ਉੱਥੇ ਤੋਂ ਆਇਆ ਇਹ 2 ਮਹੀਨੇ ਬਾਅਦ, ਬਸ ਨਾ ਲੈਣ ਗਏ ਆ ਨਾ ਉੱਧਰ ਭੁੱਲ ਜਾਂਦੇ ਤਾਂ ਕਦੇ ਕੋਈ ਜਾਣਦੇ ਤਾਂ ਹੈ ਤੇ ਏਰੀਏ ਤੇ ਸਾਡੇ ਤੇ, ਪਰ ਭੁੱਲ ਜਾਂਦੇ ਤੇ ਫੜਾਉਣਾ। ਪਹੁੰਚ ਗਿਆ, ਪਹੁੰਚਿਆ ਸਹੁਰਿਆਂ ਸਾਡੇ ਉੱਧਰ ਰਸਤੇ 'ਚ ਪੈਂਦੇ ਤੋਂ ਬੰਦਿਆਂ ਨੂੰ ਸੌਖਾ ਉੱਧਰ, ਤਾਂ ਮੈਂ ਚਲੋ ਉੱਥੇ ਦੇ ਦੂੰ ਅਨੰਦਪੁਰ, ਉੱਥੋਂ ਫੜਾ ਕੇ ਫਿਰ ਜਸ਼ਨ ਦੁਪਹਿਰ ਨੂੰ ਲਿਆ ਕੇ ਫਿੱਟ ਵੀ ਕਰਤਿਆ। ਆਹ ਦੇਖ ਲਓ ਹੁਣ ਇਹਦੇ ਪਰ ਜੇ ਕੋਈ ਵਾਹ ਵਾਹੀ ਕਰਨ ਜਾਣਾ ਮੈਂ ਜੌਂਡੀਆਂ ਲੈ ਕੇ ਜਾਣਾ, ਪਹਿਲਾਂ ਮਹਿੰਦਰਾ ਚੱਕਦਾ ਤਾ ਹੁਣ ਜੌਂਡੀਆਂ ਲੈ ਕੇ ਜਾਣਾ, ਹੁਣ ਇਹੀ ਚੱਲ ਰਿਹਾ ਹੈ ਇਹਦੇ ਨਾਲੇ। ਵਾਹ ਬਾਈ ਮੈਂ ਚੱਲ ਠੀਕ ਆ, ਹੁਣ ਵਧੀਆ ਵੱਜਦਾ ਬਾਈ, ਬਸ ਦੂਰ ਤਾਂ ਇਹੀ ਪੰਗਾ ਬਾਈ, ਹੋਰ ਕੋਈ ਨਹੀਂ, ਵਧੀਆ ਚੱਲਦਾ ਕੋਈ ਉਹ ਨਹੀਂ, ਜੇ ਫਲਟ ਪੈ ਜਾਵੇ ਉੱਥੇ ਠੀਕ ਹੋਣਾ। ਔਰ ਵਧੀਆ ਇਹਦੀ ਲਾਈਟਾਂ ਲੁੱਟਾਂ ਜਿਹੀਆਂ ਲੈ ਗਏ ਯਾਰ ਅਸੀਂ, ਉਹ ਰਹਿੰਦੀਆਂ ਦੀਦੀ ਭਾਈ ਫਰਕ ਦੇਖ ਲਿਆ ਕਿੰਨਾ ਫਰਕ ਆ ਉਹਦੇ, ਦੇਖ ਲਿਆ ਹਰ ਹੋਰ ਰੋਕਣੇ ਆ ਜੀ ਸਾਰਾ ਦੇਖ ਲਿਆ, ਫਰਕ ਸਿਰਫ ਇਹੀ ਆ ਉਮਰ ਹੁੰਦੀ ਆ ਵੀ। ਹੁਣ ਮੈਨੂੰ ਨੀ ਸ਼ੌਕ ਹੈਗਾ, ਮੈਂ ਬਹੁਤ ਘੱਟ ਲਾਉਂਦਾ, ਕਦੇ ਹੋਇਆ ਇਹ ਪਹਿਲਾਂ ਬੰਦੇ ਨੀ ਹੋਣ ਦਿੰਦੇ ਚਲਾ ਕੇ ਖੇਚ ਘਰ ਆ ਗਈ ਮੁੜ ਕੇ ਬੰਦ ਕਰ। ਗੇੜੇ ਕਢਾਉਣ ਲੱਗੇ ਤਾ ਛਤਰੀ ਤਾਂ ਵਧੀਆ, ਕਿੰਨੇ ਦੀ ਲੱਗੀ ਸੀ ਪਹਿਲਾਂ? ਸਾਰਾ ਕੁਛ ਚਲੋ ਵਧੀਆ ਵਧੀਆ, ਇਹ ਨੇੜੇ ਲੱਗ ਗਿਆ, ਹੋਰ ਕੋਈ ਚੱਕਰ ਨਹੀਂ, ਨੇੜੇ ਹੁਣ ਦੇਖਣਾ ਚਾਹੀਦਾ ਹੈ ਨਾ, ਹੈਂ ਨਾ ਦੇਖਣਾ ਚਾਹੀਦਾ, ਹਾਂ ਥੋੜਾ ਫਰਕ ਰਹੇ ਛਤਰੀ ਜ਼ਿਆਦਾ ਨੇੜੇ ਲਾਈ ਹੋਈ। ਤੇ ਬਾਈ ਜੇ ਕਿਸੇ ਨੇ ਵੀ ਪੱਖਾ ਪੁੱਖਾ ਲਵਾਉਣਾ ਹੋਵੇ ਮਾੜਾ ਪੈਸੇ ਦਾ, ਇੰਨਾ ਬਹੁਤਾ ਫਾਇਦਾ ਹੈ ਨਹੀਂ ਇਹਦਾ, ਕਿ ਬਹੁਤ ਸੇਕ ਮਾਰਦਾ ਹੈ ਵੀ ਇੱਥੇ ਗਈ ਨੇ ਕਿਹੜੀ ਹਵਾ ਦੇਣੀ, ਪਰ ਪੈਸੇ ਵੀ ਲੱਗੇ ਜੇ ਮਾੜੀ ਮੋਟੀ, ਉਹ ਗਰਮੀ ਵੀ ਨਾ ਸਕਾਵੇ ਫਿਰ ਫਾਇਦਾ ਗਿਆ, ਚਾਹੇ ਤੱਤੀ ਹਵਾ ਮਾਰ ਕੇ ਸਕਾਵੇ ਤੇ ਬੰਦਾ ਗਿੱਲਾ ਹੋ ਕੇ ਥੱਲੇ ਬਹਿ ਜਾਂਦਾ ਮਾੜਾ ਮੋਟਾ, ਹਾਂ ਫਿਰ ਠੰਡਾ ਹੋ ਜਾਂਦਾ। ਇਹਨੇ ਇੱਧਰ ਦਾ ਉਹ ਗਰਮ ਦਾ ਜੁੰਗਲੀ ਬਣਾਉਣੀ ਤੀ ਇਹਨੇ, ਬਸ ਆਹੀ ਚੱਕਰ ਸੀ ਕੀ ਗੱਲ ਹੈ। ਚੱਲ ਕੋਈ ਨਾ ਜਗਦੀਪ, ਹੋਰ ਪੱਟੀ ਕਰ ਦੀ, ਹਾਂ ਪੱਟੀ ਦੀ ਤਾਂ ਲੋੜ ਨਹੀਂ, ਹੁਣ ਤਾਂ ਤੂੰ ਕਹਿੰਦਾ ਟੁੱਟਦਾ ਨਹੀਂ ਗਈ, ਨਹੀਂ ਲੱਗਦਾ ਤਾਂ ਹੁੰਦੀ। ਠੀਕ ਆ ਹੁਣ ਤਾਂ ਠੀਕ ਹੈ,
ਫਿਲਟਰ ਨਾਲ ਫਰਕ ਤਾਂ ਪੈਣਾ ਹੀ ਪੈਣਾ। ਹੈਲੋ ਲਓ ਬਾਈ, ਸੁੱਕੇ ਜਿਹੜੇ ਆਪਾਂ ਹੁਣ ਖੇਤ ਪਾਉਂਦੇ ਆ, ਆਪਣਾ ਫਿਲਟਰ ਜ਼ਰੂਰ ਸਾਫ ਕਰਿਆ ਕਰੋ। ਇਹਦਾ ਸਵੇਰੇ ਦਿਖਾਇਆ ਇਹਨੂੰ ਤਜਰਬਾ, ਮੈਂ ਤਾਂ ਉਦਣ ਵੀ ਉਹਨਾਂ ਨੇ ਝਾੜਤਾ ਦਾ ਇਹਨਾਂ ਸਰਵਿਸ ਕਰਾਈ ਆ। ਰੂਟਾਵੀਟਰ ਹੋਰ ਜਗਦੀਪ ਸਾਹਿਬ ਵਧੀਆ। ਫਾਲਿਆਂ ਨੂੰ ਅੱਜ ਨੂੰ ਕਹਿ ਤਾ ਆਪਾਂ ਨੇ ਫਾਲੇ, ਸ਼ਾਇਦ ਕੱਲ੍ਹ ਨੂੰ ਆਉਣਾ ਖੇਤ ਵੱਤ ਆ ਰਹੇ ਆ। ਮੈਂ ਕਿਹਾ ਚੱਲ ਨਵੇਂ ਗਏ ਬਾਈਏ, ਮੈਂ ਤਾਂ ਨਹੀਂ ਪਾਉਂਦਾ। ਕਿਵੇਂ ਲੈ ਕੇ ਆਉਣੇ ਫਿਰ ਦੇਖਦੇ ਹਾਂ, ਨਹੀਂ ਤਾਂ ਉਹਨੂੰ ਕਹਿਣਾ ਭੇਜ ਦੇ, ਪੈਸੇ ਪਾ ਦੇਵਾਂਗੇ ਇੱਥੇ, ਹੈਗੇ ਨੇ ਇੱਥੇ ਤਾਰ ਲਾਂਗੇ। ਹੋ ਇੰਨੀ ਦੂਰ ਨੂੰ ਕਿਹੜਾ ਇੱਥੋਂ ਜਾਊਂਗੇ ਫਿਰ ਆਉਂਗੇ ਨਹੀਂ। ਹੋਰ ਪਿਕਅਪ ਵਾਲੇ ਉਹ ਕਰ ਲਓ 1000 ਰੁਪਏ ਦੇ, ਤਾਂ ਤੇਰੇ ਟਰੈਕਟਰ ਨੇ ਵੀ ਪੀਏ ਜਾਣਾ ਵੱਧੇ ਮਾੜਾ ਮੋਟਾ। ਹੈਂ ਇਹਦੇ ਨਾਲ ਤਾਂ ਉਹ ਵੀ ਠੀਕ ਹੈ। ਮੈਂ ਕਿਹਾ ਭੇਜੋ, ਕਹਿੰਦਾ ਕੱਲ੍ਹ ਨੂੰ ਕਹਿੰਦੇ ਆ, ਦੇਖਦੇ ਹਾਂ ਜੇ ਕੱਲ੍ਹ ਨੂੰ ਆ ਜਾਣ। ਮੈਨੂੰ ਚੱਲ ਇੱਕ ਦਿਨ ਛੁੱਟੀ ਕਰਕੇ ਐਤਵਾਰ ਨੂੰ, ਕਹਿੰਦਾ ਉਦਣ ਵੀ ਨੀ ਆਏ। ਚਲ ਇੱਕ ਅੱਧਾ ਦਿਨ ਤਾਂ ਹੋ ਜਾਂਦਾ। 7 ਤਰੀਕ ਦਿੱਤੀ ਸੀ ਉਹਨਾਂ ਨੇ, 8-9 ਨੂੰ ਤਾਂ ਪੱਕੇ ਹੀ ਆ ਯਾਰ। ਉਹ ਪੁਰਾਣਾ ਮਿਲ ਨਹੀਂ ਰਿਹਾ ਕੋਈ ਵਧੀਆ ਰੂਟਾਵੀਟਰ, ਆਪਾਂ ਨੂੰ ਨਵਾਂ ਹੀ ਦੇਖ ਲਈਏ ਫਿਰ। ਜਾਇਆ ਉਹਨੇ ਉਹਦੇ ਕੋਲ ਹੋਰ ਯਾਰ, ਨਵਾਂ ਰੂਟਾਵੀਟਰ ਦੇਖ ਕੇ ਪੁਰਾਣੇ ਦਾ ਕਿਆ ਫਾਇਦਾ ਵੀ। ਅਗਰ 19 ਪੈਸੇ ਮੰਗੀ ਜਾਂਦੇ ਕੋਈ 75-80-85-90। 8 ਫੁੱਟਾ ਕਿੰਨੇ ਦਾ ਇਹਦਾ ਵੱਧ? ਆਪਾਂ ਨੂੰ ਤਾਂ ਫਿਰ ਕਹਿੰਦਾ ਕੋਈ ਨਹੀਂ, ਅਸੀਂ ਤਾਂ ਫਿਰ ਵਾਧੂ ਸਮਾਨ ਤੁਹਾਨੂੰ ਕਹਿੰਦੇ ਕਰ ਦੇਵਾਂਗੇ ਕਹਿੰਦਾ। ਬਸ ਠੀਕ ਹੈ ਫਿਰ, ਬਾਕੀ ਦੇਖਦੇ ਆਪਾਂ ਨੂੰ ਕਿੰਨੇ ਲਾਉਂਦਾ। ਕਹਿੰਦਾ ਆ ਜਾਓ, ਤਾਂ ਕਹਿੰਦਾ ਲੋੜ ਹੈ ਤੁਸੀਂ ਦੱਸੋ ਕਦ ਭੇਜਾਂ। ਅੱਛਾ ਹਾਂ, ਜਸਵੰਤ ਵਾਲੇ ਜਸਵੰਤ ਵਾਲੇ ਕਹਿੰਦਾ ਆ ਦੱਸ ਵੀ ਭੇਜਾਂ ਕਦ ਜਾਣਾ। ਪੈਸੇ ਪੁਸੇ ਦੀ ਤਾਂ ਗੱਲੇ ਨਹੀਂ ਕਰਦਾ, ਉਹਨੂੰ ਪਤਾ ਹੀ ਆ। ਚਲੋ ਚਲੋ ਜਾਣ ਦਿਓ, ਪੱਟੀ ਬੰਨ ਲਓ ਹੁਣ ਤੁਸੀਂ ਜਾ ਕੇ। ਉਹਨੇ ਦੇਖੀ ਜ਼ਿਆਦਾ ਵੱਜ ਨਹੀਂ ਜਾਣ ਦੇ, ਮੈਂ ਦੇਖ ਰਿਹਾ ਚੀਜ਼ ਦਾ ਤੇਰਾ ਨਹੀਂ ਕਰਦਾ। ਨਹੀਂ ਨਿਆਣੇ ਦਾ ਕੰਮ ਹੁੰਦਾ ਰੇ ਪਾਉਣਾ, ਰੇ ਪਾਦੀ ਰੇ ਪਾਦੀ ਮੇਰਾ ਰੇ ਪਾਉਣਾ। ਕੋਈ ਨੀ ਕੋਈ ਨੀ, ਮੈਂ 4 ਦਿਨ ਹੋ ਗਏ ਨਾ ਤੈਨੂੰ, ਮੈਨੂੰ ਸ਼ਾਮ ਟਾਈਮ ਹੋ ਗਿਆ ਤੇ ਜਗਦੀਪ ਦੀ ਖਬਰ ਸਾਨੂੰ ਇਹਦਾ ਕਹਿੰਦਾ ਕੱਖ ਬੜਾ ਕੇ ਜਾ ਮੇਰੀ ਉਂਗਲੀ ਵੱਡੀ ਪੱਟੀ ਕਰਾ ਦੀ। ਦੇਖੋ ਬਾਈ ਦੱਸ ਹੈ, ਹੁਣ ਬਹਾਨਾ ਹੀ ਲੈਣ ਲੱਗ ਗਿਆ, ਕਹਿੰਦਾ ਮੇਰੇ ਤੇ ਟਰੈਕਟਰ ਨਹੀਂ ਚੱਲਦਾ। 100 ਬਹਾਨੇ ਮੇਰੇ ਤੇ ਤਾਂ ਆਪ ਨਹੀਂ ਚੱਲਦਾ, ਪੱਥਰੀ ਹਿੱਲ ਜਾਂਦੀ ਹੈ ਮੇਰੀ। ਹੈਂ ਤੂੰ ਧੱਕਾ ਕਰ ਰਿਹਾ ਬਾਈ, ਐਡਾ ਟਰੈਕਟਰ ਹੁਣ ਤਾਂ 9-9 ਪਾਏ ਹੋਏ ਆ। ਹੁਣ ਉਹ ਕਿੱਥੇ ਕੱਲ ਨੂੰ ਆ ਜਾਣੇ, 15 ਕੱਲ ਨੂੰ 15 ਪਾ ਲਾਂਗੇ। ਕੱਲ ਪਰ ਤਾਂ ਬੁੱਤਾ ਦਾ ਸਾਰ ਲਈਏ, ਦੇਖ ਤਾਂ ਲੈ ਉਹਨੂੰ, ਫੇਰ ਫੋਨ ਕਰ ਲੈਂਦਾ ਵੀ ਬਾਈ ਹੋ ਗਏ ਤਿਆਰ। ਮੈਂ ਤਾਂ ਬੁੱਤਾ ਸਾਰਦਾ ਫਿਰਦਾ ਹੁਣ, ਕਿ ਨਹੀਂ ਬਾਬੂ
ਪਰ ਜਗਦੀਪ ਕਹਿੰਦਾ ਬਾਈ ਇਹ ਹੈ ਨੋਵਾ, ਕਹਿੰਦਾ ਲਾ ਇਹਨੂੰ ਪੱਟ ਕੇ ਦਿਖਾਈ ਕਿਵੇਂ ਤੁਰਦਾ ਇੰਟਰਨੈਟ। ਮੈਂ ਕਹਿੰਦਾ ਤੂੰ ਆਪਣੇ ਵਾਲਾ ਲਿਆ ਉਹ ਜਾਣੋ ਜਾਣ ਦੇ ਗਿਆ ਲੈ ਵੀ ਆਉਣਾ ਪਾਪਾ ਨੇ ਲੈ ਆ ਤੂੰ ਉੱਥੇ ਕਿਤੇ ਕਿਹਦੇ ਫਾਲੇ ਆ ਮੇਰੇ ਆ ਤੇਰੇ ਆ ਉੱਥੇ ਕਿਤੇ ਖੇਤ ਚ ਲੈ ਜਾ। ਮੈਂ ਕਿਹਾ ਜਦ ਮਰਜ਼ੀ ਕੱਲ ਨੂੰ ਲੈ ਜੋਰ ਤਾਂ ਨੀ ਲੈਂਦੇ ਤੁਰਦੇ ਨੀ ਹੈ ਜਿੱਥੇ ਇੱਕ ਵਾਰ ਗੜ ਗਏ ਗੜ ਗਏ ਬਸ ਉਹ ਵੀ ਪਤਾ ਲਾਜੂ ਨਾਲ ਵੀ ਫਰਕ ਹੈ ਰਾਲੇ ਰੁਲੇ ਦਾ ਇੱਕ ਆਹ ਪਾ ਲੈਣੇ ਨੋ ਇੱਕ 15 ਪਾ ਲੈਣੇ ਵੀ ਹੈ ਫਰਕ ਅਸੀਂ ਇਹਨਾਂ ਨੂੰ 11 ਗੁਣਾ ਕਰਾਉਂਦੇ ਆ ਹੌਲੀ ਹੌਲੀ ਤਿਆਰ ਕਰਨ ਲੱਗਾ ਜਗਦੀਪ ਹੈ ਚੱਲ ਤੇਰੇ ਵਾਲੇ 11 ਸੱਚ 11 ਹੋ ਜੇ ਕਰਨੇ ਉਹੀ ਲੈ ਹੈ ਅਸੀਂ ਕਾਹਨੂੰ ਕਰਾਉਣੇ ਆ ਸਾਹ 11 ਹੋ ਜੇ ਕਰਨੇ ਕਿਆ ਬਣੇ ਹੁਣ ਪੜਾਈਆਂ ਕਰੇ ਆ ਨਹੀਂ ਹਲੇ ਕਿਹਦੀਆਂ ਰੂਟਾਵੀਟਰ ਦੀ ਉਹ ਰੂਟਾ ਵੀ ਉਹ ਰੀ ਆਇਆ ਹੋਇਆ ਤਾਂ ਬਾਈ ਮੈਂ ਤੈਨੂੰ ਉਹੀ ਪੁੱਛ ਰਿਹਾ ਉਹ ਲੇਜ਼ਰ ਦੇਖਣ ਆਇਆ ਹੋਣਾ ਲੇਜ਼ਰ ਦੇਖੋ ਕਰਨ ਆਇਆ ਤਾਂ ਆਇਆ ਵਾ ਤਾਂ ਉਹਦਾ ਕਹਿੰਦਾ ਹੁਣ ਇੱਥੇ ਭੇਜਾਵਾਂ ਕਹਿੰਦਾ ਗੱਡੀ 'ਚ ਸ਼ਾਮ ਨੂੰ ਜਾਂ ਕੱਲ੍ਹ ਨੂੰ ਸਵੇਰੇ ਮੈਂ ਕਿਹਾ ਨਹੀਂ ਗੱਲ ਤਾਂ ਕਰ ਕਹਿੰਦਾ ਤੁਹਾਡੇ ਨਾਲ ਗੱਲ ਕਿਆ ਕਰਨੀ ਮੈਂ ਨਹੀਂ ਐ ਵੀ ਨਹੀਂ ਦੱਸਦਾ ਸਹੀ ਇੰਨਾ ਵੀ ਨਹੀਂ ਹਾਂ ਉਹ ਫਿਰ ਕਹਿੰਦਾ ਤੁਹਾਨੂੰ ਕਿਆ ਰੇਟ ਆ ਜੋ ਕੁਛ ਮਰਜ਼ੀ ਕਰਨਾ ਕਰ ਲਿਓ ਜਿਵੇਂ ਕਰਨਾ ਮੰਗਾ ਲਾ ਹੁਣ ਉਹ ਤਾਂ ਕਹਿੰਦਾ ਮੈਂ ਤਾਂ ਮੰਗਾ ਲੈਣਾ ਕਹਿੰਦਾ ਮੈਂ ਚੱਲ ਦੇਖ ਲਾ ਫਿਰ ਕਰਦੇ ਹਾਂ ਹੁਣ ਉਹਨੂੰ ਹੱਲ ਵੀ ਮੈਂ ਸੁਪਰ ਸੀਟਰ ਨੂੰ ਵੀ ਕਿਹਾ ਤਾ ਮੈਂ ਕਿਹਾ ਮਾੜਾ ਮੇਰਾ ਉਹਦਾ ਵੀ ਚੇਂਜ ਜੇ ਕਰਦੇ ਪਿੱਛੇ ਉਹ ਸਾਰੇ ਹੀ ਜਿਹੜੇ ਰੇਜ਼ਾ ਰੁਕਦਾ ਨਹੀਂ ਤਾਂ ਆਪਣਾ ਟੱਕਰ ਗਿਆ ਬਾਹਰੇ ਮੈਂ ਕਿਹਾ ਅਸੀਂ ਤਾਂ ਤੇਰੇ ਕੋਲ ਨੂੰ ਚੱਲੇ ਤੈਨੂੰ ਫੋਨ ਤਾਂ ਕਰਿਆ ਤਾ ਵੀ ਫੋਨ ਨੀ ਕਰਦਾ ਜਗਦੀਪ ਨੂੰ ਵੀ ਚੱਲ ਜਾਏ ਇਹਦੀਆਂ ਟੈਨਾਂ ਦੇਖ ਤਾਂ ਬਹੁਤ ਮੋਟੀਆਂ ਟੈਨਾਂ ਏ ਕਿਸੇ ਵਾਲੇ ਨਹੀਂ ਦਿਖਾ ਦੀ ਮੈਨੂੰ ਯਾਰ ਇਹ ਕਿਸੇ ਪਿੰਗਿਆ ਹੋ ਜੂਗੇ ਮੈਂ ਕਿਹਾ ਤੂੰ ਮਤਲਬ ਇਹ ਨਹੀਂ ਮਤਲਬ ਇਹ ਨਹੀਂ ਚੜਾਈ ਬਹੁਤ ਹੈ ਮੈਂ ਸੱਚੋ ਇੰਨਾ ਕੁਛ ਲੱਗਦੇ ਆ ਇਹ ਬਹੁਤ ਲੱਗਦੇ ਆ ਹੈ ਹੈ ਐਕਸਪੈਰੀਮੈਂਟ ਕਰੂੰਗੇ ਹੁਣ ਦੇਖ ਜਿੰਨਾ ਮਰਜ਼ੀ ਕਰ ਲੈ ਮੈਂ ਤੈਨੂੰ ਕਹਿੰਦਾ 4x4 ਲਿਆ ਚਾਹੇ ਬੰਦ ਕਰ ਉਹ ਮੱਕੀ ਵਾਲੇ ਖੇਤ ਚ ਨਾ ਕੱਲ ਕਾਕੰਡਾ ਜਾ ਖਾ ਸਕਦਾ ਉਹਨੂੰ ਤਾਂ ਮੈਂ ਵਾਹਿਆ ਨੀ ਕੱਲੂ ਤੇਰੇ ਨਾਲ ਵਾਹੂੰਗੇ ਉਹਦੇ ਪਰਸੋਂ ਨੂੰ ਵਾਹ ਲੂੰਗੇ ਉਹਦੇ ਚ ਤਾਂ ਮਾੜਾ ਜਿਹਾ ਛੱਡਦਾ ਮੈਂ ਜਿਹਦੇ ਗੂੜੇ ਲੱਗ ਜਾਂਦੇ ਇਕੱਠਾ ਕਰ ਲੈ ਜਾਂਦੇ ਹਾਂ ਇਕੱਠਾ ਬਹੁਤ ਹੁੰਦਾ ਇਹ ਫਰਕ ਪੈ ਜਾਂਦਾ ਉਹਦੇ ਸਪਰਿੰਗ ਦੇ ਐ ਨਾ ਦੇਖੋ ਬਈ ਆਹ ਫਰਕ ਹੈ ਇਹਦੇ ਸਪਰਿੰਗ ਦੋ ਉੱਪਰ ਨਹੀਂ ਨਹੀਂ ਇੱਕ ਉੱਪਰ ਜਿਹੜੇ ਉੱਪਰ ਵਾਲੇ ਸਪਰਿੰਗ ਆ ਉਹਦੇ ਸਪਰਿੰਗ ਇਹਨਾਂ ਨਾਲੋਂ ਵੀ ਉੱਪਰ ਆ ਹਾਂ ਉਹ ਸਿੱਧੇ ਆ ਥੋੜੇ ਜੇ ਆਹ ਸਪਰਿੰਗ ਉਰੇ ਆ ਨਾ ਹਾਂ ਉਹ ਇੱਥੇ ਇੱਥੇ ਹਾਂ ਥੋੜੇ ਸਿੱਧੇ ਬਰਾਬਰ ਜੇ ਨੇ ਉਹ ਹਾਂ ਇੰਨੇ ਟੇਪਰ ਵੀ ਨਹੀਂ ਹੈਗੇ ਉਹ ਹਾਂ ਮੈਨੂੰ ਪਤਾ ਨਾ ਦੇਖਿਆ ਆਹ ਤਾਂ ਚੱਲ ਥੱਲੇ ਆ ਜਿਆਦਾ ਨੀਵੇਂ ਚਲੇ ਗਏ ਥੱਲੇ ਪਾਏ ਵੇ ਇਹ ਫਰਕ ਹੈ ਉਹਨਾਂ ਦਾ ਹਾਂ ਗੋਲਾ ਨਹੀਂ ਲੱਗਦਾ ਇਹ ਜਿੰਨਾ ਮਰਜ਼ੀ ਤਾਰ ਲੈ ਇਹ ਤਾਂ ਫਰਕ ਹੈ ਬਾਕੀ ਹੁਣ ਦੇਖ ਲੈਂਦੇ ਆ ਚਲਾਈ ਤੇ ਮੈਂ ਕੌਣ ਕਹਿੰਦੇ ਤੇਰਾ ਹਾਲ ਭਜਾਈ ਫਿਰਦਾ ਉਹਨਾਂ ਦੀ ਗੱਲ ਸੀ ਇਹਨਾਂ ਦੇ ਕਿਉਂ ਨੂੰ ਦੱਸ ਦਿਓ ਭਾਈ ਜੇ ਕੱਲ ਨੂੰ ਰੰਗ ਕਹਿੰਦੇ ਫਿਰ ਕੱਲ ਨੂੰ ਤਾਂ ਮੁਸ਼ਕਿਲ ਹੋ ਰਹੀ ਹੁੰਦਾ ਉਹੀ ਤਾਂ ਹੈ ਫਿਰ ਤਾਂ ਰੰਗ ਤਾਜ਼ਾ ਉਹੀ ਤਾਂ ਤਾਜ਼ਾ ਰੰਗ ਕੱਲ ਤਾਂ ਮੁਸ਼ਕਿਲ ਹੋ ਗਈ ਪਹਿਲੇ ਸੀ
ਨਹੀਂ ਦਿੰਦੇ ਨਾ, ਬਹੁਤ ਜਾਲ ਆ। ਉੱਠਦਾ ਵੀ ਨਹੀਂ ਹੈਗਾ ਆਪਾਂ ਡਰ, ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਬੜ ਜਿਆਦਾ। ਤੂੰ ਪਾਉਣਾ ਆ ਤਾਂ ਪਿਛਲੇ ਸਾਲ ਜਾ ਤਾਂ ਬੜਿਆ ਨਾ ਉੱਠਦਾ ਹੋਊਗਾ ਥੋੜਾ ਭਾਰ ਨਾਲ। ਕਿਹਾ ਇਹ ਪਿਛਲੇ ਸਾਲ ਪਾਉਣਾ ਆਇਆ ਲੈ ਯਾਰ ਆਹ ਹਾਲ। ਹਾਂਜੀ ਇਹਨੂੰ ਐ ਤਾਂ ਵੀ ਕਿਤੇ 11 ਹੈ। ਮੈਨੂੰ ਕਹਿੰਦਾ ਇਹ ਮੇਰੇ ਹਾਲਾਂ ਨੇ ਤੋੜ ਦਾਣੇ, ਕਹਿੰਦਾ ਮੇਰੇ ਟਰੈਕਟਰ ਨੇ ਜਾਉਂਡੀ ਨਾਲ ਪਾ ਕੇ ਲੈ ਗਿਆ। ਮੈਂ ਕਿਹਾ ਆਪਣੇ ਘਰੇ ਹੀ ਖੜਾ ਲਈਏ, ਤੋੜ ਤੇ ਤੋੜ ਕੇ ਲਿਆ ਦੇ ਜਾ। ਅੱਛਾ ਉਹ ਤਾਂ ਫਰਕ ਤਾਂ ਨਹੀਂ ਚੈੱਕ ਚ। ਮੋੜ ਪਰ ਜਾ ਕੇ ਡੇਢੇ ਹੀ ਹੋ ਜਾਣੇ ਸਾਰੇ, ਊਂ ਪੱਧਰੇ ਆ ਸਿੱਧਾ ਰਾਤੀ ਦੇਖੀ ਹਜੇ ਵੀ ਡੇਢੇ ਆ ਦੇ ਕਦੇ ਜਾਂਦੇ ਆ ਹਲੇ। ਲਿਫਟ ਚ ਫਰਕ ਕੋਈ ਉੱਪਰ ਨੂੰ ਤਾਂ ਸਿੱਧੇ ਰੱਖਦਾ ਹੈ। ਇੱਕ ਤਾਂ ਵੇਟ ਅੱਗੇ ਬੈਂਪਰ ਹੈ ਇਹਨੂੰ, ਚਲ ਉਹ ਵੀ ਛੱਡ, ਥਾਲਿਆਂ ਚ ਵਜਨ ਘੱਟ ਆ ਇਹ ਵੀ ਹੋ ਸਕਦਾ। ਜਦੋਂ ਹੁਣ ਦਬੇ ਵੇ ਆਉਂਦੇ ਆ ਸਲਿਪ ਕੱਢਿਆ ਹੁੰਦਾ, ਉਹ ਇੱਕ ਵਾਰ ਲਿਫਟ ਨੂੰ ਹੱਥ ਮਾਰਿਆ ਫਿਰ ਜ਼ੋਰ ਦਾ ਮਾਰ ਕੇ ਖੜਾ ਹੁੰਦਾ ਟ੍ਰੈਕਟਰ ਤਾਂ ਉੱਠਦਾ ਉਹ। ਜਦ ਲਿਫਟ ਦੇ ਪਿੱਛੇ ਵਜਨ ਹੁੰਦਾ, ਇਹਨਾਂ ਚ ਵਜਨ ਹੈ ਨੀ, ਇਹ ਨੌ ਨੌ ਦੇ ਫਾੜੇ ਆ, ਪਹਿਲਾਂ ਇਹੀ ਬਹੁਤ ਲੱਗਦੇ ਤੇ ਨਾ। ਹੋਰ ਨੂੰ ਉੱਠੂਗੇ 15 ਨੂੰ ਉੱਠੂਗੇ ਦੇਖੀ, ਕੋਈ ਨਾ ਕੱਲ ਸਾਰੇ ਤਜਰਬੇ ਕਰਦੇ ਆ ਜਾਣਦੇ ਇਹਦੇ ਬਣਾਉਂਦੇ ਆ ਮੋਰ ਫੇਰ ਇਹਦੇ ਵੀ
ਟੂ ਚ ਐਨ ਵਧੀਆ ਚੱਲਦਾ, ਜਿੰਨਾ ਮਰਜ਼ੀ ਧਾਰ ਦੇ ਥੱਲੇ ਪਿੱਛੇ ਨੀ ਮਿਲਦਾ ਪਾਣੀ ਕੱਢਣਾ ਹੁਣ। ਆਪਣੇ ਕਰ ਲਾ ਨਹੀਂ ਨਾਲੇ ਕੋਈ ਰੋਲਾ ਨੀ ਕੋਈ ਗੋਲਾ ਜਿਵੇਂ ਮਰਜ਼ੀ ਬਾਈ ਥੱਕਦਾ ਨੀ ਬੰਦਾ ਇਹ ਚ ਗੱਡੀਆਂ ਨਾਲ ਦੇ ਟਰੈਕਟਰ ਆ ਹੁਣ ਕਾਹਦਾ ਥੱਕਣਾ ਦਿਖਾਉਣਾ ਓ ਉਹਦਾ ਬਸ ਚਲੇ ਤੁਸੀਂ ਕਿੱਲੀ ਲਵਾ ਦੇਣ ਉਹਦੇ ਪਰ ਨਹੀਂ ਫਾਇਦਾ ਆ ਸਟੀਅਰਿੰਗ ਦਾ ਇਹਦਾ ਮੈਂ ਤਾਂ ਇਹਦਾ ਤੁਹਾਡਾ ਬਸ ਚਲੇ ਤੁਸੀਂ ਕਿੱਲੀ ਲਵਾ ਦੇਣ ਬਸ ਵੀ ਕਿੱਲੀ ਜੀ ਉਧਰ ਨੂੰ ਘੁਮਾਈ ਕਿੱਲੀ ਜੀ ਉਧਰ ਨੂੰ ਘੁਮਾਈ ਜੱਲ ਵਾਲੇ ਮੋਟਰਾਂ ਲਾਣਾ ਨਹੀਂ ਐ ਹਾਂ ਉਹ ਜਾਂਦੇ ਵਧੀਆ ਉਹਨੇ ਇੰਨਾ ਮੋੜਦਾ ਨਹੀਂ ਤਾਂ ਮੋੜ ਦੂਗਾ ਨਹੀਂ ਇਹਦਾ ਕਈ ਜਿਹੜੇ ਆ ਜਾਂਦੇ ਇਹਦੇ ਇਕਵੰਜਾ ਜੀਰੋ ਪੰਜ ਨਵਾਂ ਮਾਡਲ ਆਯਾ ਫੋਰ ਵੀਲ ਓਹਨੂੰ ਆਏ ਆ ਇਹ ਸਟੇਰਿੰਗ ਪਤਾ ਹੀ ਲੱਗਿਆ ਅੱਖਰੇ ਚ ਪੱਕੇ ਨਾਲ ਕਰ ਹੋਰ ਸੁਣਾ ਗੰਨਾ ਠੀਕ ਆ ਮੇਰਾ ਗੰਨਾ ਠੀਕ ਆ ਉਹ ਤੇਰੇ ਕੋਲ ਨੂੰ ਆਇਆ ਤਾਂ ਮੈਂ ਚੱਲ ਜਾ ਕੇ ਆਈ ਹੈ ਰੋਟਾਵੀਟਰ ਵਾਲੇ ਕੋਲ ਉਹ ਫੇਰ ਬਾਹਰੇ ਟੱਕਰ ਗਿਆ ਤੈਨੂੰ ਫੋਨ ਕਰਿਆ ਉਹ ਬਾਹਰੇ ਟੱਕਰ ਗਿਆ ਆ ਪਿੰਡ ਨੇੜੇ ਉਹਦਾ ਫਾਇਦਾ ਬਹੁਤ ਆ ਨਾ ਹੋਰ ਪਲਾਈ ਆਈ ਜਾਂਦਾ ਨਾਲੇ ਭਲਵਾਨ ਖੜਾ ਹਾਂ ਟੋਬਾ ਵੀ ਤੇਰੇ ਜਦੇ ਨੇੜੇ ਉਰੀ ਨਾ ਲੈਂਦਾ ਤੂੰ ਜਦੇ ਬੱਚੀਆਂ ਵੀ ਵੜਨੀਆਂ ਗੰਗਾ ਇੱਥੀ ਤੇ ਲਿਜਾਂਦਾ ਤਾਂ ਫੜ ਕੇ ਕੱਲ ਵੀ ਬੈਠਾ ਤੋਰੀ ਸਾਡੇ ਵੀ ਕੱਚੂ ਅੱਜ ਲੈ ਗਿਆ ਕੌਣ ਫੜ ਲੈ ਗਿਆ ਉਹੀ ਹੋਣਾ ਗੰਗੇ ਰਾਈਓ ਤੇ ਕੱਲ ਵੀ ਬੈਠੇ ਜਾਲ ਲਾਇਆ ਵਾ ਉਹਦੇ ਜਾਲ ਪਿਆ ਹਾਂ ਅੱਛਾ ਆਹੀ ਖੜਾਈ ਗਿਆ ਉਹ ਫਿਰ ਹੋਰ ਸਾਡਾ ਵੀ ਕੱਚੂ ਫੜਾ ਕਿੱਥੇ ਉਹ ਚੁੱਚੇ ਜੇ ਛੋਟਾ ਜਿਹਾ ਜਮਾ ਇਹਨਾਂ ਹੈ ਵੀ ਕਿ ਨਹੀਂ ਨੰਗਾ ਹੋਊਗਾ ਪਿਛਲੇ ਸਾਲ ਉਹ ਉੱਥੇ ਤਾਂ ਮੇਰੇ ਕੋਲ ਤਾਂ ਕੱਦੂ ਚ ਮੈਂ ਉਹਨੂੰ ਜਸ ਦੇ ਭਈਆਂ ਨੂੰ ਚਕਾਇਆ ਜਸਰਾਂ ਨੂੰ
ਦਿਮਾਗ ਦਮੂਗ ਸੈਟ ਰਹਿੰਦਾ ਕਹਿੰਦਾ ਮੈਨੂੰ ਰੱਖ ਲਾ ਤੂੰ ਕਹਿੰਦਾ ਨੌਕਰੀ ਲੱਗ ਗਈ ਬਹੁਤ ਮਹਿੰਗਾ ਵਿਕਦਾ ਸੀ ਕਹਿੰਦਾ ਨੌਲੇਜ ਬਹੁਤ ਆ ਦੇਖੀ ਤੇ ਸਹੀ ਕਹਿੰਦਾ ਬਹੁਤ ਮਹਿੰਗਾ ਵਿਕਣਾ ਮੈਂ ਸਾਲਾ ਇਹ ਰਹੂਗਾ ਕਿੱਥੇ ਇਹ ਕਹਿੰਦਾ ਚਵੱਚੇ ਚ ਗਿਰਿਆ ਹੋਇਆ ਬਾਹਰ ਵੀ ਆ ਜਾਂਦਾ ਆਪੇ ਰਾਜੂ ਆਪਣਾ ਆ ਗਿਆ ਬਾਈ ਚੱਕ ਲੈ ਗਏ ਤੇ ਬੰਦੇ ਪਹੁੰਚ ਗਿਆ ਉਹ ਗਾ ਪਿਆ ਫੇਰ ਪਹੁੰਚ ਗਿਆ ਚਲ ਹੁਣ ਬੰਦੇ ਦਾ ਉਤਾਰ ਕਰਨਾ ਨੀ ਆਪਾਂ ਨੇ ਕਾਹਨੂੰ ਕੌਣ ਲੈ ਗਏ ਤੇ ਜੇ ਅੱਗੇ ਨੂੰ ਹੋਇਆ ਤਾਂ ਫੇਰ ਸਾਰਾ ਪਾਉਂਗੇ ਜਦ ਤੱਕ ਕਹਿੰਦੇ ਸਾਡਾ ਦੇ ਤਾ ਭੇਜ ਤਾ ਤਾਂ ਅਸੀਂ ਵੀ ਚੱਲ ਕੋਈ ਨਾ ਲੈ ਜਾਓ ਭਾਈ ਪਰ ਤੁਹਾਡੇ ਕੋਲ ਤੇ ਭੱਜਦਾ ਉਹ ਭੱਜ ਕੇ ਫੇਰ ਆ ਗਿਆ ਸੀ ਉਹਦੇ ਤਾਂ ਆਜ਼ਾਦ ਪੰਛੀ ਹੈ ਮੈਂ ਅੱਡੇ ਪਰ ਸਮਾਨ ਜਾ ਉਹ ਕਹਿੰਦਾ ਆ ਜਾ ਸ਼ਵੀਲ ਪਰ ਜਾ ਕੇ ਆਉਣਾ ਕਹਿੰਦਾ ਮੈਂ ਲੈ ਗਿਆ ਫਿਰ ਰੋਪੜ ਨੂੰ ਦਿਖਾਉਣ ਲਾ ਰੂਬੀ ਨੂੰ ਬੜਾ ਤੇ ਜ਼ਖਮ ਜਿਹਾ ਹੋ ਗਿਆ ਉਹ ਰੋਪੜ ਦਾ ਗੱਡੀ ਚ ਲੈ ਗਿਆ ਚੱਲ ਪਿੱਛੇ ਜੀਪ ਕੱਢਿਓ ਹੋਂਕ ਹੋਂਕ ਕੇ ਸਾਰਾ ਹੀ ਨਰਾਤ ਹੈ ਇਹ ਕਿਹੜਾ ਪਿੰਡ ਆ ਗਿਆ ਮੈਂ ਕਿਹਾ ਪਿੰਡ ਨੀ ਸ਼ਹਿਰ ਹੈ ਰੋਪੜ ਓਹੋ ਤਾਂ ਮੈਂ ਘੁੰਮਿਆ ਜਿੱਥੇ ਮਰਜ਼ੀ ਪੁੱਛ ਲਾ ਘੁੰਮਿਆ ਮੈਂ ਤੂੰ ਕਦ ਘੁੰਮਣਾ ਅਸੀਂ ਸਰਦਾਰ ਜੀ ਨੂੰ ਲੱਭਣ ਆਏ ਤੇ ਇੱਕ ਵਾਰ 8 ਵਜੇ ਅੱਛਾ ਉਦਨੇ ਜਗਾ ਬਸ ਤਾਂ ਤੂੰ ਹੁਣ ਬਣਿਆ ਫਿਰਦਾ ਹੁਣ ਤੈਨੂੰ ਸਰੀਰ ਦੇਣ ਲੱਗ ਗਿਆ ਇੱਕ ਊਂਚਾ ਪੱਟਣੇ ਵਧੀਆ ਨਹੀਂ ਮਾਰੀ ਤੇਰੀ ਪਥਰੀ ਹਿੱਲ ਜਾਣੀ ਤਾਂ ਨੀ ਮਾਰਦਾ ਸਿਆਣਾ ਇਹ ਇੱਕ ਪਾਸੇ ਬਾਈ ਤੇਰੇ ਜ਼ਿਆਦਾ ਲੱਗਦਾ ਮਨ ਚਾਹੇ ਨਾ ਮਨ
ਕਹਿੰਦੀ ਵੀ B2 ਚ ਵਧੀਆ ਰਹਿੰਦਾ ਵੈਨ ਉੱਥੇ ਨੀ ਜਮੀ ਮਰਦਾ ਚਾਹੇ ਪੂਰੇ ਧਰਤੀ ਤਾਰ ਦੇ ਆਹ ਪੰਗਾ ਹੜਾਂ ਦਾ ਇਹਨਾਂ ਦਾ ਇੱਕ ਨਾ ਇੱਕ ਕੰਮ ਗਲਤ ਕਰ ਗਿਆ ਰੂਟਾਵੀਟਰ ਮਾਰਨਾ ਤਾਂ ਰੂਟਾਵੀਟਰ ਵੀ ਕੱਲ ਮੈਂ ਉਹ ਉੱਥੇ ਜੋਤੀ ਲੈ ਗਈ ਫਿਰਦਾ ਤਾਂ ਉਹ ਤੇ ਇੱਕ ਸਿਆੜ ਮਰਾਇਆ ਦਾ ਉਹ ਫੇਰ ਵੀ ਉਹੀ ਹਾਲਤ ਆ ਇੱਕ ਵਾਰ ਮੜਾ ਫੋਲ ਕੇ ਕੱਲ ਬਈਆਂ ਦੇ ਖੱਬਲ ਖੁੱਬਲ ਚਕਾ ਕੇ ਆਣ ਫੇਰ ਮਾਰਾਂਗੇ ਇਹ ਤਾਂ ਵੈਸੇ ਹੀ ਹਲੇ ਕਰਿਆ ਡੌਲਾਂ ਡੂਲਾਂ ਜਾਂ ਮਿੱਟੀ ਚੜਾਉਣੇ ਨੂੰ ਲੇਜ਼ਰ ਕਰਕੇ ਕਰਿਆ ਤਾਂ ਜ਼ਿਆਦਾ ਤਾਂ ਪਾੜ ਪਾੜ ਪਾਈ ਆ ਨਾ ਦੂਰ ਕਰਿਆ ਗਿਆ ਸਾਰੇ ਦੂਰ ਕਰਤੇ ਉਹ ਮੱਕੀ ਵਾਲਾ ਤਿੰਨ ਪਾਇਆ ਹੁਣ ਦੇਖ ਮੈਂ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਕਿੱਲੇ ਦੂਰ ਕਰਤੇ ਅੱਠ ਕਿੱਲੇ ਸਮਝ ਲਾ ਦੂਰ ਕਰਤੇ ਇੱਕ ਕਿੱਲਾ ਤਿੰਨ ਵਾਰ ਵਾਹ ਤਾ ਤਵੀਆਂ ਨਾਲ ਦਸ ਕਿੱਲੇ ਦੂਰ ਇੱਕ ਪਾੜ ਹਾਂ ਦਸ ਕਿੱਲੇ ਦੂਰ ਇੱਕ ਪਾੜ ਲਾ ਲਾ ਨਹੀਂ ਨੌ ਕਿੱਲੇ ਦੂਰ ਇੱਕ ਪਾੜ ਨੌ ਕਿੱਲੇ ਦੂਰ ਇੱਕ ਪਾੜ ਅਤੇ ਬਾਕੀ ਆ ਖੂੰਜੇ ਪਟਲੇ ਹਾਲਾਂ ਨਾਲ ਹੁਣ ਕੱਲ੍ਹ ਨੂੰ ਤੈਨੂੰ ਟੈਂਕੀ ਫੁੱਲ ਕਰਾ ਕੇ ਦੱਸਣਾ ਵੀ ਕਿੰਨੇ ਵਾਰੀ ਕਰਾਂ ਅੱਜ ਫੁੱਲਤੀ ਠੀਕ ਇਹਨੀ ਟੈਂਕੀ ਹਲੇ ਖਾਧੀ ਨਹੀਂ ਨਹੀਂ ਖਾਧੀ ਨਹੀਂ ਹੈਗਾ ਹਲੇ ਨਾ ਹਲੇ ਤਾਂ ਹੈਗਾ ਹੁਣ ਇਹਦਾ ਐਂ ਨਹੀਂ ਪਤਾ ਹੇਠਾਂ ਕਿੰਨਾ ਰੱਖਦਾ ਲਾਲ ਵਿੱਚ ਪਤਾ ਨਹੀਂ ਇਹ ਨਹੀਂ ਹਾਂਜੀ ਵਾਲਾ ਤਾਂ ਲਾਲ 'ਚ ਬਹੁਤ ਰੱਖਦਾ ਇਹ ਵੀ ਉਨਾ ਹੀ ਰੱਖਦਾ ਹੁਣ ਨਹੀਂ ਆ ਫਿਰ ਹਾਂ ਕਿੰਨੇ ਲੀਟਰ ਦੀ ਟੈਂਕੀ ਇਹਦੀ ਪਤਾ ਨਹੀਂ ਪਵਾਇਆ ਤਾਂ ਉਦੋਂ ਦਿਮਾਗ 'ਚ ਨਹੀਂ ਹੈਗਾ ਹੁਣ ਕਿੰਨਾ ਪਵਾ ਲਿਆ ਸੇਮ ਨਹੀਂ ਹੋਊਗੀ ਬਹੁਤ ਜ਼ਿਆਦਾ ਛੋਟੀ ਛੋਟੀ ਇਹ ਟੈਂਕੀ ਛੋਟੀ ਕਿਉਂ ਨਹੀਂ ਉਹ ਕਿੰਨਾ ਪੈਂਦਾ ਉਹ 'ਚ ਮੇਰਾ ਖਾ ਕਰਦਾ ਸਮਝ ਲਾ 20-22 ਕਿੱਲਿਆਂ ਨੂੰ ਸਮਝ ਲਾ ਕਿੰਨਾ ਤੇਲ ਪਾਇਆ ਤਾ ਉਹਨੇ ਪੂਰੇ ਜਸ਼ਨ ਨੇ ਪਵਾਇਆ ਤਾ ਯਾਰ ਪਤਾ ਨਹੀਂ ਬਾਈ 50 ਲੀਟਰ ਆ ਸਮਝ ਲਾ ਵੀ 12 ਕਿੱਲੇ ਦੂਰ ਨਾ 11 ਕਿੱਲੇ ਦੂਰ ਕਰੇ ਸਮਝ ਲਾ ਹਾਂ ਤਵੀਆਂ ਨਾਲ ਤੈਨੂੰ ਕੱਲ ਨੂੰ ਦੱਸੂਗਾ ਹੁਣ ਤਸਵੀਰ ਮਤਲਬ ਕਿ ਮੇਰਾ ਤਾਂ ਫਿਆ ਨਹੀਂ ਨਾ ਹੋਇਆ ਪੱਧਰਾ ਕਰਿਆ ਵੀ ਵਿਚਾਲੇ ਵਿਚਾਲੇ ਆਲੇ ਦਾਲੇ ਪਾੜ ਪਾੜ ਖੇਤ ਨੂੰ ਪਾਤੀ ਫਿਰ ਰੂਟਾ ਵੇਟਰਾਂ ਦੀ ਨਹੀਂ ਫਿਰ ਮਤਲਬ ਕਿ ਦੂਜੀ ਸਾਈਡ ਨੂੰ ਪੰਜ ਪੰਜ ਸਾਈਡ ਸਾਈਡਾਂ ਪਰ ਲਾਗਾਂ ਪਰ ਲਾਗਾਂ ਪਰ ਪੰਜ ਪੰਜ ਇੱਕ ਨਾ ਵਾਹਿਆ ਮੈਂ ਮਤਲਬ ਕਿ ਮੈਂ ਉਹ ਅੰਦਾਜ਼ਾ ਲਾ ਲਿਆ ਵੀ 20-22-23 ਕਿੱਲਿਆਂ ਦੇ ਗੇਟ ਬਣ ਗਿਆ ਸਾਰੀ ਹੁਣ ਵਿੱਚੇ ਉਹ ਅੱਧੀ ਕੁ ਦੂਰ ਹੋ ਗਈ ਅੱਧੀ ਕੁ ਪਾੜ ਹੋ ਗਈ ਇੱਕ ਨਾ ਹੋ ਗਿਆ ਨਹੀਂ ਪਾੜ ਪਾ ਕੇ ਤਾਂ ਸਾਈਡਾਂ ਪਰ ਪੰਜ ਪੰਜ ਸਾਈਡ ਮਾਰੇ ਪਏ ਆ ਹਾਂ ਮਤਲਬ ਕਿ ਮੈਂ ਸਾਰੇ ਵਿੱਚ ਲਾ ਲਏ ਵੀ ਮੰਨ ਲਾ ਜੇ 5 ਕਿੱਲੇ ਪਾਏ ਤਾਂ 7 ਨਹੀਂ ਕਰੇ ਤਾਂ ਪੂਰੇ ਨਹੀਂ ਮੈਂ ਮਤਲਬ ਕਿ ਜਿਹੜੇ 5 ਕਿੱਲੇ ਉਹਦੇ 7 ਬਣਾ ਲਏ ਮੈਂ ਸਮਝ ਗਿਆ ਠੀਕ ਆ ਠੀਕ ਆ ਠੀਕ ਆ 14 ਹੋ ਗਏ ਸਮਝ ਲਾ ਤੇਰੇ ਉੱਥੇ ਉੱਥੇ ਵਾਲੇ ਹਾਂ ਉੱਥੇ ਵਾਲੇ 14 ਬਣ ਗਏ ਫਿਰ ਇੱਥੇ ਬਾਏ ਆ 7-8 ਮਤਲਬ ਕਿ ਇੱਥੇ 6 ਕਿੱਲੇ ਉਰੇ ਉੱਕਣੇ ਤਾਂ ਹੋ ਕਰੇ
ਠੀਕ ਹੈ ਖਾਂਦੇ ਆ ਯਾਰ ਸਭ ਨਾਲ ਠੀਕ ਹੈ ਆ ਤੇਲ ਤੂਲ ਦਾ ਨਹੀਂ ਕੋਈ ਐਡਾ ਫਰਕ ਨਹੀਂ ਪਤਾ ਹਾਂ ਜੇ ਤੁਰਦਾ ਤੇਲ ਖਾਣਾ ਹੀ ਹੈ ਕਿ ਨਹੀਂ ਇਹ ਕੋਈ ਨਹੀਂ ਚਲੋ ਠੀਕ ਹੈ ਬਾਈ ਮਿਲਦੇ ਆ ਜੇ ਕੱਲ ਨੂੰ ਆ ਗਏ ਤਾਂ ਨਵੇਂ ਹਲਾਂ ਨਾਲ ਜੇ ਆ ਗਏ ਸਾਡੇ ਹੁਣ ਵੈਸੇ ਤਾਂ ਅੱਜ ਕਿਹਾ ਤਾਂ ਕਹਿੰਦਾ ਹਲੇ ਤਿਆਰ ਨਹੀਂ ਹੋਏ ਰੰਗ ਰੁੰਗ ਕਰਾਉਣਾ ਨਹੀਂ ਤੇ ਫਿਰ ਪਰਸੋਂ ਨੂੰ ਮਿਲਦੇ ਆ ਹੁਣ ਦੋ ਦਿਨਾਂ ਤੇ ਤਾਂ ਮੈਂ ਕਿਹਾ ਬਾਈ ਮੈਂ ਖੇਤ ਪਾਉਣੇ ਤੇ ਬੈਠਿਆ ਹਲਾਂ ਨਾਲ ਅਸੀਂ ਵੀ ਫਿਰ ਫਾਇਦਾ ਕਿਹਾ ਜੇ ਚਲਾਈ ਨੀ ਹੁਣੇ ਚੱਲਣੇ ਹੁਣੇ ਚੱਲਣੇ ਆ ਨਾਲੇ ਦੇਖੀਏ ਫਿਰ ਜੋ ਕਣਕ ਚੋਣੀ ਲੋੜ ਪੈਣੀ ਸੁਪਰ ਸੀਟਰ ਚੱਲਣਾ ਠੀਕ ਆ ਯਾਰ ਖੂੰਜੇ ਪੱਟਣੇ ਨੂੰ ਚਾਹੀਦੇ ਆ ਕਿਆ ਕਹਿਣੇ ਆ ਮੇਰੇ ਵਾਲੇ ਵੀ ਠੀਕ ਤੇ ਖੂੰਜੇ ਪੱਟਣੇ ਦੇ ਹਾਂ ਲਿਆਈਏ ਮੈਂ ਤਾਂ ਤੈਨੂੰ ਉਧਰੋਂ ਦੀ ਕਹਿਣਾ ਲਿਆਉਂਗਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ